ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਲੁਧਿਆਣੇ। ਦੋਸਤੋ ਬੜੀ ਮਤਲਬ ਇਸ ਤਰ੍ਹਾਂ ਦੀ ਖਬਰ ਹੈ ਕਿ ਕਈ ਵਾਰੀ ਮਤਲਬ ਅਜਿਹੀਆਂ ਖਬਰਾਂ ਆਉਂਦੀਆਂ ਨੇ ਜਿਨ੍ਹਾਂ ਦਾ ਟਾਈਟਲ ਪੜ੍ਹ ਕੇ ਕਹਿ ਦਿੰਦਾ ਕਿ ਲੋਕਾਂ ਦੇ ਦਿਲਾਂ ਦੇ ਵਿੱਚੋਂ ਕਾਨੂੰਨ ਔਰ ਪੁਲਿਸ ਦਾ ਜਿਹੜਾ ਡਰ ਹੈ ਉਹ ਕਿਤੇ ਨਾ ਕਿਤੇ ਚੁੱਕਿਆ ਜਾ ਰਿਹਾ ਹੈ। ਜਿਸ ਖਬਰ ਦੇ ਨਾਲ ਤਾਰਫ ਕਰਵਾਉਣਾ ਚਾਹੁੰਦਾ, ਇੱਕ ਔਰਤ ਘਰ ਦੇ ਵਿੱਚ ਇਕੱਲੀ ਹੈ, ਇੱਕ ਨੌਜਵਾਨ ਦੀ ਐਂਟਰੀ ਹੁੰਦੀ ਹੈ, ਅੰਦਰੋਂ ਕੁੰਡੀ ਲਾਉਂਦਾ ਹੈ ਤਾਂ 1.5 ਸਾਲ ਦੀ ਮਾਸੂਮ ਬੱਚੀ ਨੂੰ ਜਾਨੋਂ ਮਾਰਨ ਦੀ, ਪੱਖੇ ਨਾਲ ਲਟਕਾ ਕੇ ਮਾਰਨ ਦੀ ਧਮਕੀ ਦਿੰਦਾ ਹੈ। ਕਿਸ ਨੀਅਤ ਲਈ ਧਮਕੀ ਦਿੰਦਾ ਹੈ, ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਲੁਧਿਆਣੇ ਤੋਂ ਜੁੜ ਚੁੱਕੇ ਨੇ ਪ੍ਰਦੀਪ ਭੰਡਾਰੀ ਜੀ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਭੰਡਾਰੀ ਜੀ, ਇਸ ਖਬਰ ਨੂੰ ਲੈ ਕੇ ਹੋਰ ਕੀ ਜਾਣਕਾਰੀ ਹੈ? ਜੀ ਸਹੋਤਾ ਜੀ, ਇਹ ਜਿਹੜਾ ਮਾਮਲਾ ਹੈਗਾ ਇਹ ਸਾਹਨੇ ਵਾਲੇ ਏਰੀਏ ਦਾ ਮਾਮਲਾ ਆਇਆ ਹੈ। ਇੱਥੇ ਇੱਕ ਔਰਤ ਨੂੰ ਘਰ ਦੇ ਵਿੱਚ ਇਕੱਲੀ ਦੇਖ ਕੇ ਇੱਕ ਪਿੰਡ ਦੇ ਹੀ ਜਿਹੜਾ ਨੌਜਵਾਨ ਸੀਗਾ ਉਹਨੇ ਉਹ ਔਰਤ ਦੀ 1.5 ਸਾਲ ਦੀ ਬੱਚੀ ਨੂੰ ਪੱਖੇ ਨਾਲ ਲਟਕਾ ਕੇ ਤੇ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਇਹ ਜਿਹੜਾ ਔਰਤ ਨਾਲ ਹੈਗਾ ਜਬਰ ਜਨਾਹ ਕੀਤਾ ਹੈ। ਤੇ ਇਹਦੇ ਸੰਬੰਧ ਦੇ ਵਿੱਚ ਹੀ ਜਿਹੜੀ ਔਰਤ ਦੀ ਜਿਹੜੀ ਜਿਹੜਾ ਸਾਹਨੇ ਵਾਲੇ ਥਾਣੇ ਦੇ ਵਿੱਚ ਜਿਹੜੇ ਹੈਗੇ ਆ ਬਿਆਨ ਦਰਜ ਕਰਵਾ ਕੇ ਤੇ ਉਹ ਮਾਮਲੇ ਦੀ ਛਾਣਬੀਨ ਕੀਤੀ ਜਾ ਰਹੀ ਹੈ ਜੀ। ਲੇਕਿਨ ਮਤਲਬ ਇਹ ਸ਼ਖਸ ਕੌਣ ਸੀ, ਇਹਨਾਂ ਦੀ ਜਾਣ ਪਹਿਚਾਣ ਵਾਲਾ ਸੀ ਜਾਂ ਅਣਜਾਣ ਪਾਤਰ ਆਇਆ ਸੀ, ਕੁਛ ਇਹੋ ਜਿਹਾ ਖੁਲਾਸਾ ਹੋਇਆ? ਹਾਂਜੀ ਬਿਲਕੁਲ, ਇਹ ਸਹੂਲਤ ਜੀ ਇੱਥੇ ਦੱਸ ਦਈਏ ਵੀ ਇਹ ਪਿੰਡ ਦਾ ਹੀ ਕੋਈ ਇਹਨਾਂ ਦਾ ਸੀਗਾ ਗੁਆਂਢੀ ਜਾਂ ਕਿੱਦਾਂ ਸੀਗਾ ਵੀ ਉਹ ਘਰ ਦੇ ਵਿੱਚ ਜਿਹੜੀ ਔਰਤ ਸੀਗੀ ਉਹਨੂੰ ਇਕੱਲਿਆਂ ਦੇਖ ਕੇ ਹੀ ਮੌਕਾ ਪਾ ਕੇ ਤੇ ਉਹ ਜਿਹੜਾ ਇਹ ਇਹਦੇ ਨਾਲ ਜਬਰ ਜਨਾਹ ਕੀਤਾ ਹੈ ਤੇ ਬੱਚੇ ਨੂੰ ਜਾਨ ਨੂੰ ਮਾਰਨ ਦੀਆਂ ਜਿਹੜੀਆਂ ਧਮਕੀਆਂ ਦੇ ਕੇ ਹੀ ਇਹਨੇ ਜਬਰ ਜਨਾਹ ਕੀਤਾ ਹੈ ਜੀ। ਲੇਕਿਨ ਭੰਡਾਰੀ ਸਾਹਿਬ, ਉਹ ਸ਼ਖਸ ਇਸ ਟਾਈਮ ਕਿੱਥੇ ਹੈ, ਫਰਾਰ ਹੈ ਜਾਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ? ਜੀ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਵੀ ਇਹਦੇ ਵਿੱਚ SHO ਸਾਹਨੇ ਵਾਲੇ ਨਾਲ ਜੋ ਸਾਡੀ ਗੱਲਬਾਤ ਹੋਈ ਹੈ ਵੀ ਆਰੋਪੀ ਨੂੰ ਜਿਹੜਾ ਹੈਗਾ ਮਾਮਲਾ ਦਰਜ ਕਰਕੇ ਤੇ ਉਹਨੂੰ ਹਿਰਾਸਤ ਵਿੱਚ ਲੈ ਲਿਆ ਤੇ ਮਾਣਯੋਗ ਅਦਾਲਤ ਵਿੱਚ ਉਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਜੋ ਵੀ ਪੁੱਛਗਿੱਛ ਦੌਰਾਨ ਤੱਥ ਸਾਹਮਣੇ ਆਉਣਗੇ ਉਹ ਆਪ ਜੀ ਨੂੰ ਦੱਸ ਦਿੱਤੇ ਜਾਣਗੇ ਜੀ। ਸੋ ਭੰਡਾਰੀ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਅਪਡੇਟ ਦਿੱਤੀ ਔਰ ਇਸ ਸੰਬੰਧ ਵਿੱਚ ਗੱਲਬਾਤ ਕੀਤੀ ਹੈ SHO ਸਾਹਨੇਵਾਲ ਨਾਲ। ਕੀ ਗੱਲਬਾਤ ਕੀਤੀ ਹੈ ਤੁਸੀਂ ਵੀ ਸੁਣ ਸਕਦੇ ਹੋ। ਮਾਮਲਾ ਇੱਕ ਲੇਡੀ ਇੱਥੇ ਸਾਡੇ ਪੁਲਨੇ ਪਿੰਡ ਹੈਗਾ ਉੱਥੇ ਰਹਿੰਦੀ ਸੀ, ਇਹ ਪ੍ਰਵਾਸੀ ਹੈਗੇ, ਇਹਨਾਂ ਦੇ ਉੱਥੇ ਫੈਕਟਰੀ ਦੇ ਵੇ ਆਵਾਰ ਫੈਕਟਰੀ ਉੱਥੇ ਰੈਂਟ 'ਤੇ ਰਹਿੰਦੇ ਨੇ ਅਤੇ ਇਹਦੇ 'ਚ ਇੱਕ ਅਕਿਊਜ਼ ਜਿਹੜਾ ਹੈਗਾ ਉਹ ਵੀ ਪ੍ਰਵਾਸੀ ਆ ਵਿਕਾਸ ਨਾਂ ਦਾ ਅਤੇ ਉੱਥੇ ਪੁਲਨੇ ਪਿੰਡ 'ਚ ਹੀ ਰਹਿੰਦਾ ਹੈਗਾ। ਉਹ ਜਦੋਂ ਉਹ ਕੰਧ ਟੱਪ ਕੇ ਅੰਦਰ ਗਿਆ ਤਾਂ ਉਹਦੀ ਛੋਟੀ ਬੱਚੀ ਸੀ ਅਤੇ ਉਹਨੇ ਉਹਨੂੰ ਧਮਕੀਆਂ ਦਿੱਤੀਆਂ ਵੀ ਐਂ ਤੇਰੀ ਬੱਚੀ ਨੂੰ ਮਾਰਦਾ ਹੈ ਨਹੀਂ ਤਾਂ ਉਹਨੂੰ ਉਹਦੇ ਨਾਲ ਜ਼ਬਰਦਸਤੀ ਉਹਦੇ ਨਾਲ ਉਹਦੀ ਜਿਹੜੀ ਹੈਗੀ ਉਹਦੇ ਮਰਜ਼ੀ ਦੇ ਖਿਲਾਫ ਉਹਨੂੰ ਉਹਦੇ ਨਾਲ ਉਹਨੇ ਜਿਹੜਾ ਹੈ ਰੇਪ ਕੀਤਾ ਅਤੇ ਉਹਨੂੰ ਅਸੀਂ ਅਰੈਸਟ ਕਰ ਲਿਆ ਅਤੇ ਅੱਜ ਪੇਸ਼ ਅਦਾਲਤ ਕੀਤਾ ਗਿਆ। ਆਰੋਪੀ ਨੂੰ ਮੌਕੇ ਤੋਂ ਫੜਿਆ ਗਿਆ ਕਿ ਬਾਅਦ 'ਚ ਗਿਰਫਤਾਰ? ਨਹੀਂ, ਬਾਅਦ 'ਚ ਅਰੈਸਟ ਹੋਇਆ। ਦੋਸਤੋ ਇਹ ਲੁਧਿਆਣੇ ਦੇ ਨੇੜੇ ਤੇੜੇ ਪਿੰਡ ਦੀ ਸਾਹਨੇਵਾਲ ਦੇ ਨਜ਼ਦੀਕ ਦੀ ਇਹ ਖਬਰ ਹੈ ਜਿੱਥੇ ਕਿ ਇੱਕ ਸ਼ਖਸ ਘਰ ਦੇ ਵਿੱਚ ਐਂਟਰ ਹੁੰਦਾ ਹੈ ਔਰ ਇੱਕ ਔਰਤ ਦੇ ਨਾਲ ਮਤਲਬ ਜਬਰ ਜਿਨਾ ਕਰਨ ਤੋਂ ਬਾਅਦ 1.5 ਸਾਲ ਦੀ ਮਾਸੂਮ ਬੱਚੀ ਨਾਲ ਪੱਖੇ ਦੇ ਨਾਲ ਲਟਕਾ ਕੇ ਮਾਰਨ ਦੀ ਧਮਕੀ ਦਿੰਦਾ, ਫਿਰ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਔਰ ਜਿੰਨੇ ਮਰਜ਼ੀ ਆਪਾਂ ਇਸ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰੀਏ, ਪੁਲਿਸ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰੀਏ ਔਰ ਸੱਚੇ ਔਰ ਇਮਾਨਦਾਰ ਪੁਲਿਸ ਆਫਿਸਰ ਜਿਹੜੇ ਹੈ ਜਦੋਂ ਕਿਸੇ ਵੀ ਨਿਊਜ਼ ਨੂੰ ਸ਼ਿੱਦਤ ਨਾਲ ਲੈਂਦੇ ਨੇ ਤਾਂ ਉਸ ਵੇਲੇ ਰਿਜ਼ਲਟ ਉਸ ਦਾ ਪੋਜ਼ਿਟਿਵ ਹੀ ਆਉਂਦਾ ਹੈ।
ਸੋ ਇਸ ਦੀ ਰਿਮਾਂਡ ਲੈਣ ਦੀ ਗੱਲਬਾਤ ਚੱਲ ਰਹੀ ਹੈ। ਉਸ ਤੋਂ ਬਾਅਦ ਕੀ ਖੁਲਾਸੇ ਹੋਣਗੇ ਸਾਡੀ ਵੀ ਨਜ਼ਰ ਹੈ, ਤੁਹਾਡੇ ਤੱਕ ਪਹੁੰਚਾਈ ਜਾਵੇਗੀ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।